ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਪਿੰਡ ਡੇਅਰੀ ਫਾਰਮ ਵਿੱਚ। ਆਪਾਂ ਅੱਜ ਪਹੁੰਚ ਚੁੱਕੇ ਹਾਂ ਪਿੰਡ ਲੋਵਾਲ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਖਡੂਰ ਸਾਹਿਬ। ਇਸ ਵੀਰ ਦੀ ਆਪਾਂ ਪਹਿਲਾਂ ਵੀਡੀਓ ਬਣਾਈ ਹੈ ਅਤੇ ਤਕਰੀਬਨ ਤੀਜੀ ਵੀਡੀਓ ਇਸ ਘਰ 'ਚੋਂ ਬਣ ਜਾ ਰਹੀ ਹੈ। ਅਤੇ ਵੀਰ ਨੇ ਅੱਜ ਚਾਰ ਵਹਿੜਾਂ ਸੇਲ ਕਰਨੀਆਂ, ਜਿਨ੍ਹਾਂ ਵਿੱਚੋਂ ਤਿੰਨ ਗੱਭਣਾ ਵਹਿੜਾਂ ਅਤੇ ਇੱਕ ਤੋਕੜ ਆ ਜੀ। ਚੰਗੇ ਰਿਕਾਰਡ ਨੇ ਵਹਿੜਾਂ ਦੇ, ਅਤੇ ਵੀਰ ਕੋਲ ਡਿਟੇਲ ਲਵਾਂਗੇ ਇਹਨਾਂ ਵਹਿੜਾਂ ਦੀ। ਅਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ, ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਅਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ, ਨੰਬਰ ਨੋਟ ਕਰ ਲਓ 8566-00-1918। ਅਤੇ ਕੋਈ ਵੀਰ ਵੀਡੀਓ ਬਣਾਉਂਦਾ ਸਾਡੇ ਚੈਨਲ 'ਤੇ ਪੈਂਦੀ ਹੈ ਜਾਂ ਕਿਸੇ ਹੋਰ ਚੈਨਲ 'ਤੇ ਪੈਂਦੀ ਹੈ, ਸਕਰੀਨ ਵੱਡੀ ਕਰਕੇ ਵੀਡੀਓ ਦੇਖਿਆ ਕਰੋ ਤਾਂ ਜੋ ਤੁਹਾਨੂੰ ਪਸ਼ੂ ਕਿੱਡਾ ਗਾ ਚੰਗੀ ਤਰ੍ਹਾਂ ਦੇਖ ਸਕੇ। ਛੋਟੀ ਵੀਡੀਓ ਨਾ ਦੇਖਿਆ ਕਰੋ ਜੀ, ਸਕਰੀਨ ਵੱਡੀ ਕਰਕੇ ਦੇਖਿਆ ਕਰੋ। ਅਤੇ ਗੱਲਬਾਤ ਕਰਾਵਾਂਗੇ ਲਾਭ ਵੀਰ ਨਾਲ ਅਤੇ ਇਹਨਾਂ ਵਹਿੜਾਂ ਦੀ ਡਿਟੇਲ ਲਵਾਂਗੇ ਜੀ। ਛੋਟੀ ਜੀ ਉਮਰ ਦਾ ਵੀਰ ਆ, ਲਾਭ ਵੀਰ ਆ ਸਾਡਾ, ਅਤੇ ਇਹਨੇ ਸਾਨੂੰ ਬੁਲਾਇਆ ਸੀ ਅਤੇ ਲੈਂਦੇ ਹਾਂ ਡਿਟੇਲ। ਚੰਗਾ ਸ਼ੌਂਕ ਪਾਲਿਆ ਵੀਰ ਨੇ ਵਪਾਰ ਦਾ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਜੀ। ਵਧੀਆ ਠੀਕ ਠਾਕ, ਤੁਸੀਂ ਸੁਣਾਓ ਕਿੱਦਾਂ? ਵਧੀਆ ਵਧੀਆ। ਥੋੜ੍ਹਾ ਖੁੱਲ੍ਹ ਕੇ ਬੋਲਿਆ ਕਰ, ਘਬਰਾਇਆ ਨਾ ਕਰ। ਨਹੀਂ, ਕੋਈ ਗੱਲ ਨਹੀਂ। ਹਾਂ ਹਾਂ ਹਾਂ, ਹੋਰ ਸੁਣਾ ਕਿੱਦਾਂ, ਠੀਕ ਆ ਸਾਰੇ? ਹਾਂਜੀ, ਵਧੀਆ ਵਧੀਆ। ਤੇ ਆਪਣਾ ਨਾਮ, ਫੋਨ ਨੰਬਰ ਤੇ ਐਡਰੈਸ ਬੋਲ ਦੇ ਵੀਰ। ਨਾਮ ਲਵਪ੍ਰੀਤ ਸਿੰਘ। ਹਾਂਜੀ। ਪਿੰਡ ਅਲੋਵਾ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ। ਠੀਕ ਆ। ਕਿੰਨੇ ਵਜੇ ਸੇਲ ਕਰਨੇ ਆ ਜੀ ਪਸ਼ੂ? ਅੱਜ ਆਪਾਂ ਚਾਰ ਸੇਲ ਕਰਨੇ, ਚਾਰ ਵਹਿੜਾਂ, ਤਿੰਨ ਗੱਭਣਾ ਵਹਿੜਾ, ਇੱਕ ਤੋਕੜੇ। ਠੀਕ ਆ। ਤੇ ਜਿਹੜੀ ਪਹਿਲੀ ਵੀਡੀਓ ਪਾਈ ਵੇਖਿਆ ਸੀ ਟਾਈਮ ਨੇ ਵਾਲ, ਉਹਦਾ ਘੰਟੇ ਬਹੁਤ ਫੋਨ ਆਏ, ਵੇਖਿਆ ਮਾਲ ਤਾਂ ਵੀ ਫੋਨ ਆਉਂਦੇ ਰਹੇ। ਠੀਕ ਆ ਠੀਕ ਆ। ਘੰਟੇ ਡੇਢ ਘੰਟੇ 'ਚ ਮਾਲ ਸੇਲ ਹੋ ਗਿਆ। ਸਹੀ ਹੈ ਸਹੀ ਹੈ। ਤੇ ਵੀਰ ਨੂੰ ਉਦਾਂ ਹੀ ਫੋਨ ਕਰ ਲਿਆ ਕਰੋ, ਵੀਰ ਕੋਲ ਮਾਲ ਹਰ ਵੇਲੇ ਹੀ ਰਹਿੰਦਾ ਵਾ, ਮਾਲ ਆਉਂਦਾ ਜਾਂਦਾ ਹੀ ਰਹਿੰਦਾ ਵਾ, ਫੋਨ ਲਾ ਲਿਆ ਕਰੋ। ਨਾ ਵੀ ਵੀਡੀਓ ਚੱਲ ਵੀ ਜਾਵੇ, ਵਿਕ ਵੀ ਜਾਵੇ, ਤਾਂ ਵੀ ਫੋਨ ਲਾ ਲਿਆ ਕਰੋ, ਵੀਰ ਕੋਲ ਮਾਲ ਹੁੰਦਾ ਹੀ ਆ ਹਰ ਵੇਲੇ, ਕੋਈ ਨਾ ਕੋਈ ਗਾਂ ਮੱਝ। ਮੋਬਾਈਲ ਨੰਬਰ 9462-47-987। ਠੀਕ, ਇੱਕ ਵਾਰ ਫਿਰ ਬੋਲ ਦਿਓ ਵੀਰ ਜੀ। 9462-47-987। ਵਟਸਐਪ ਇਹ ਤੇ ਹੀ ਚੱਲਦਾ? ਹਾਂਜੀ ਹਾਂਜੀ, ਵਟਸਐਪ ਇਸ ਤੇ ਚੱਲਦਾ। ਠੀਕ ਆ। ਆ ਜਿਹੜੀ ਪਹਿਲੇ ਨੰਬਰ ਤੇ ਵਹਿੜ ਆ, ਹਾਂਜੀ, ਸਿੰਗਲ ਅੱਗੇ ਇਹਨੂੰ ਨਿੱਕੇ ਨਿੱਕੇ ਜੇ, ਤੇ ਇਹਦਾ ਸੂਆ ਕਿਨਵਾ ਵੀਰ ਜੀ? ਇਹ ਵੀਰੇ ਪਹਿਲਣ ਆ, ਪਹਿਲਾ ਸੂਆ ਵੀਰੇ, ਹਾਂਜੀ ਪਹਿਲਾ ਸੂਆ, ਮੂੰਹ ਚਾਰ ਦੰਦੇ ਆ ਜੀ। ਠੀਕ ਆ। ਹਾਂਜੀ, ਥਾਣ ਦੇਖ ਸਕਦੇ ਆ ਤੁਸੀਂ, ਪਹਿਲਾ ਸੂਆ ਵਹਿੜ ਦਾ, ਤੇ ਮੂੰਹ ਚੋਂ ਚਾਰ ਦੰਦਾ ਵੀਰੇ? ਹਾਂਜੀ, ਚਾਰ ਦੰਦੇ। ਠੀਕ ਆ। ਤੇ ਦੁੱਧ ਕਿੰਨਾ ਕਰੂਗੀ ਇਹ? ਦੁੱਧ 17-18 ਕਿਲੋ ਕਰ ਜੂਗੀ। 17-18 ਲੀਟਰ ਕਰ ਜੂਗੀ ਦੁੱਧ। ਵੱਡੀ ਵਹਿੜ ਆ ਪੂਰੀ, ਤੇ ਚਪਚ ਆ ਜਾਂਦੀ ਆ? ਹਾਂਜੀ, ਚਪ ਕਰੋਸ ਆ। ਠੀਕ ਹੈ, ਕਰੋਸ ਵੈਡ ਆ, ਚਪ ਕਰੋਸ ਆ, ਬਾਕੀ ਗਰਮੀ ਗੁਰਮੀ ਦੀ ਪਰਵਾਹ ਨਹੀਂ ਕੀ ਇਸ ਵੈਡ ਨੂੰ। ਠੀਕ ਹੈ, ਖੋਲ ਕੇ ਦਿਖਾਈਏ ਜੀ। ਹਾਂਜੀ, ਖੋਲ ਦੋ ਜੀ, ਦੇਖ ਸਕਦੇ ਹਾਂ ਪਹਿਲਾ ਸੂਆ ਵੈਡ ਦਾ, ਤੇ ਸਿੰਘ ਹੈਗਾ ਜੀ ਇਹਦੇ, ਤੇ ਕੱਦ ਕੱਢ ਚੰਗਾ ਵੈਡ ਦਾ, ਆਹ ਦੇਖ ਸਕਦੇ ਹਾਂ। ਥੋੜ੍ਹਾ ਡਰਦੀ ਹੈ ਜੀ, ਬਾਕੀ ਦਿਨ ਪੁੱਛਾਂ ਕਿੰਨੇ ਖੜਦੀ ਹੈ। ਲੈ ਲੈ ਵੀਰ, ਥਣ ਬੜੇ ਸੋਹਣੇ ਲੱਗੇ ਆ ਜੀ, ਮੁੱਠੀ ਵਾਲਾ ਥਣ ਆ, ਬਾਕੀ ਸੂਣ ਤੱਕ ਚੰਗਾ ਹਵਾਨਾ ਵੀ ਤਿਆਰ ਕਰੂਗੀ ਤੇ ਥਣ ਵੀ ਚੰਗਾ ਤਿਆਰ ਕਰੂਗੀ। ਤੇ ਦਿਨ ਵੀਰ ਨੂੰ ਪੁੱਛ ਲੈਂਦੇ ਹਾਂ ਵੀ ਕਿੰਨੇ ਦਿਨ ਲੈ ਜੂਗੀ, ਤੇ ਪਹਿਲਾਂ ਹੀ ਸੂਆ ਸੂਣਾ ਥੋੜ੍ਹਾ ਪੱਕ ਕੇ ਬਣੀ ਹੈ ਜੀ। ਠੀਕ ਹੈ, ਢਿੱਲਾ ਢੁੱਲਾ ਕਾਫੀ ਹੈ ਜੀ ਵੀਰ ਜੀ? ਹਾਂ, ਤੇ ਬਾਕੀ ਹੈ ਠੰਡੀ ਧੀਰੀ ਹੈ ਕਿੱਦਾਂ? ਠੀਕ 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 ਹੈ, ਡਰਦੀ ਕੈਮਰੇ ਤੋਂ ਬੰਦੇ ਡਰਦੇ ਆ, ਤੇ ਤਾਂ ਪੁੱਛੂਗਾ ਵੀਰ। ਤੇ ਇਹ ਦਿਨ ਕਿੰਨੇ ਲੈ ਜੂ? ਦਿਨ ਵੀਰੇ 10-12 ਲੈ ਜੂਗੇ। ਅੱਛਾ, 10-12 ਦਿਨ ਲੈ ਜੂ। ਢਿੱਲਾ ਕੱਢ ਕੇ ਫਿਰ ਮਸ਼ੀਨ ਨੂੰ ਸੁਣਾ। ਠੀਕ, ਤਿਆਰ ਹੋ ਗਈ ਤੇ ਫੇਰ ਆ ਕੇ ਦਿਖੂਗੀ ਕਿ ਵੈੜ ਬਣੀ ਹੈ। ਹਾਂ ਠੀਕ ਆ। ਤੇ ਮੁੱਲ ਕਿੰਨਾ ਕਰਦਾ ਵੀਰ? ਮੁੱਲ ਦਾ 45,000। 45,000 ਮੁੱਲ ਕਰਦੇ? ਮਾਨ ਤਾਨ ਕਰਦਾ। ਅੱਛਾ, ਮੌਕੇ ਤੇ ਮਾਨ ਤਾਨ ਕਰੋਗੇ? ਕੋਈ ਵੀਰ ਭਰਾ ਫੋਨ ਲਾਵੇ ਮਾਨ ਤਾਨ ਕਰਾਂਗੇ। ਠੀਕ ਆ। ਤੇ ਇਹ ਇਹ ਹੁਣ ਦਾ ਮੁੱਲ? ਹਾਂਜੀ, ਹੁਣ ਦਾ ਮੁੱਲ। ਤੇ ਜਦੋਂ ਤਿਆਰ ਹੋ ਗਈ ਮਾਨ ਕੇ? ਤੁਹਾਨੂੰ ਪਤਾ ਵਧੂਗਾ। ਹਾਂ, ਫੇਰ ਵੱਧ ਜਾਣਾ। ਠੀਕ, ਹਵਾਨੇ ਦੇ ਹਿਸਾਬ ਨਾਲ ਲੱਗੂਗਾ। ਠੀਕ ਠੀਕ ਆ ਠੀਕ ਆ। ਤੇ ਬਾਕੀ ਚੰਗੀ ਆ ਵੈੜ, ਸੋਹਣੀ ਆ, ਤੇ ਹਾਈਟ ਹੂਈਟ ਵੀ ਵਧੀਆ, ਤੇ ਹਵਾਨਾ ਵੀ ਦੇ ਸਕਦੇ ਹਾਂ। ਤੇ ਬਾਕੀ ਵੀਰ ਨੂੰ ਫੋਨ ਜ਼ਰੂਰ ਕਰ ਲਿਓ। ਦੂਜੇ ਨੰਬਰ 'ਤੇ ਇੱਕ ਹੋਰ ਵੈੜ ਆ, ਆਹ ਦੇਖੋ ਜੀ, ਕਰਮ ਵਾਲੀ, ਇਹ ਵੀ ਤਿਆਰ ਹੀ ਆ, ਹਵਾਨਾ ਇਹਦਾ ਵੀ ਚੰਗਾ,
ਤੇ ਪ੍ਰਿੰਟ ਵੀ ਚੰਗਾ, ਥਣ ਵੀ ਵੇਖ ਬਹੁਤ ਸੋਹਣਾ ਜੀ, ਆ ਦੇਖ ਸਕਦੇ ਆ ਫੇਸ ਵੀ ਚੰਗਾ। ਇਹਦਾ ਸੂਆ ਕਿਨਵਾ ਵੀਰ ਜੀ? ਇਹਦਾ ਵੀਰੇ ਪਹਿਲਾ ਸੂਆ ਜੀ। ਅੱਛਾ ਪਹਿਲਾ ਸੂਆ, ਉਹ ਚਾਰ ਦੰਦ ਆ। ਅੱਛਾ ਇਹ ਵੀ ਪਹਿਲਾ ਸੂਆ, ਸਾਰੀਆਂ ਪਹਿਲੇ ਸੂਏ ਵਾਲੀ, ਦੂਸਰੀ ਆਪਣੀ ਦੂਜੇ ਸੂਏ ਇੱਕ ਹੈ। ਠੀਕ ਹੈ ਠੀਕ ਹੈ, ਮੂੰਹ ਚਾਰ ਦੰਦ, ਚਾਰ ਦੰਦ, ਠੀਕ ਠੀਕ ਆ, ਸਹੀ ਆ। ਤੇ ਇਹ ਦੁੱਧ ਕਿੰਨਾ ਕਰ ਜੂ? ਦੁੱਧ ਦੇ 17-18 ਕਿਲੋ ਕਰ ਜੂਗੀ ਵੱਡੀ ਵਸ਼ੀ। ਹਾਂਜੀ ਹੈ ਕੱਦ ਕੁੱਦ ਕੱਦ ਚੰਗਾ ਵਾ ਵੈੜ ਦਾ, ਠੀਕ ਆ। 17-18 ਲੀਟਰ ਹੀ ਇਹ ਕਰ ਜੂ। ਹਾਂਜੀ ਹਾਂਜੀ ਠੀਕ ਆ। ਤੇ ਬਾਕੀ ਇਹਨੂੰ ਖੋਲ ਕੇ ਦਿਖਾਈਏ, ਆ ਦੇਖ ਸਕਦੇ ਆ ਜੀ ਖੋਲ। ਪ੍ਰਿੰਟ ਵੀ ਚੰਗਾ ਵਾ ਤੇ ਬਰੀਡ ਵੀ ਚੰਗੀ ਆ, ਆ ਦੇਖੋ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਵੈੜ ਆ। ਆ ਦੇਖ ਸਕਦੇ ਹੋ ਕਰਮ ਵਾਲੀ ਕੁੱਥਣ ਚੰਗਾ। ਇੱਧਰ ਨੂੰ ਤੋਰ ਲਾ ਵੀਰ, ਸੂਰਜ ਪੈਂਦਾ ਇੱਧਰ। ਆ ਦੇਖੋ ਜੀ ਸੋਹਣੀ ਆ, ਚਾਲ ਵੀ ਚੰਗੀ ਆ ਜੀ ਵੈੜ ਦੀ, ਪੂਰੀ ਬਰੀਡ ਵਾਲੀ ਵੈੜ ਆ, ਕਮਾਲਾ ਵੀਰੇ। ਬਾਕੀ ਇਹ ਵੀ ਠੰਡੀ ਧੀਰੀ ਆ। ਦਿਨ ਕਿੰਨੇ ਦੱਸੇ ਖੜੂਗੀ? ਦਿਨ ਵੀਰੇ ਲੈ ਜੂਗੀ 6-7 ਦਿਨ। ਆ 6-7 ਦਿਨ ਲੈ ਜੂਗੀ। ਤੇ ਬਾਕੀ ਇਹ ਥੋੜੀਆਂ ਢਿੱਲਾਂ ਹੈਗੀਆਂ, ਤਾਂ ਜਦੋਂ ਢਿੱਲਾਂ ਕੱਢੂਗੀ ਫੇਰ ਹੀ ਸੁਣਾ ਇਹਨੇ। ਆ ਦੇਖੋ ਜੀ ਕੱਦ ਕਾੜ ਵੀ ਚੰਗਾ, ਠੀਕ। ਇਹਦਾ ਕਿੰਨਾ ਕੁ ਮੁੱਲ ਆ ਵੀਰ ਜੀ? ਇਹਦਾ ਵੀਰੇ ਮੁੱਲ ਕਰਨ ਦੇ 60-60 ਵੀ ਕਰੀ ਜਾਂਦੇ, ਪਰ ਆਪਾਂ 60 ਨਹੀਂ ਕਰਨਾ, ਆਪਾਂ 50,000 ਦੀ ਦੇ ਦਿੰਦੇ। ਠੀਕ ਆ, 50,000 ਚੋਂ ਮਾਨ ਤਾਨ ਹੋਊਗਾ? ਮਾਨ ਤਾਨ ਕਰਦਾ। ਠੀਕ ਆ, ਕਈ ਜੋੜੇ ਵਾਲੇ ਵੀ ਹੁੰਦੇ ਵੀਰ? ਕੋਈ ਨਹੀਂ, ਜੋੜੇ 'ਚ ਵੱਧ ਮਾਨ ਤਾਨ ਕਰਦਾ। ਠੀਕ ਆ, ਜਿਹੜਾ ਜੋੜਾ ਪਸੰਦ ਆ ਜੀ ਜੋੜੇ 'ਚ ਵੱਧ ਮਾਨ ਤਾਨ ਹੋ ਜਾਊਗਾ। ਤੇ ਆਹ ਵੈੜ ਵੀ ਚੰਗੀ ਆ, ਸੋਹਣੀ ਆ। ਤੇ ਤੀਜੇ ਨੰਬਰ ਤੇ ਇੱਕ ਹੋਰ ਵੈੜ ਆ ਜੀ, ਇਹ ਵੀ ਚੰਗੀ ਆ ਜੀ, ਪ੍ਰਿੰਟ ਇਹਦਾ ਵੀ ਚੰਗਾ, ਥਾਣੇ ਦੇ ਕੋਲ ਵੀ ਚੰਗਾ, ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਜੀ। ਆਹ ਥਾਣ ਵੇਖ ਸਕਦੇ ਆ ਜੀ, ਚਾਰੇ ਥਣ ਇਕੱਲੇ ਇਕੱਲੇ ਲੱਗੇ ਗੈਪ ਤੇ। ਆਹ ਵੇਖੋ ਜੀ ਇਹਦਾ ਸੂਆ ਕਿਨਵਾ ਵੀਰੇ? ਇਹਦਾ ਵੀਰੇ ਦੂਜਾ ਸੂਆ, ਦੂਜਾ ਸੂਆ ਇਹਦਾ। ਹਾਂਜੀ ਠੀਕ ਆ। ਤੇ ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ ਦਾ ਦੁੱਧ? ਪਹਿਲੇ ਸੂਏ ਦਾ ਇਹਨੇ 18 ਲੀਟਰ ਦੁੱਧ ਦਿੱਤਾ, ਐਰ ਕੇ 20 ਪਲੱਸ ਚੱਲੂਗੀ। 18 ਲੀਟਰ ਦੁੱਧ ਦਿੱਤਾ ਪਹਿਲੇ ਸੂਏ, ਠੀਕ ਆ। ਐਰਕਾਂ 20 ਪਲੱਸ ਕਰੂਗੀ? 20 ਪਲੱਸ ਕਰੂਗਾ, ਆਪਾਂ ਇੱਥੋਂ ਪਿੰਡੋ ਹੀ ਲਈਏ। ਅੱਛਾ ਪਿੰਡੋ ਹੀ ਲਈਏ, ਠੀਕ ਆ, ਸਹੀ ਆ। ਤੋਰੀਏ ਇਹਨੂੰ ਵੀ, ਦੇਖ ਸਕਦੇ ਆ 20 ਪਲੱਸ ਦੁੱਧ ਕਰੂਗੀ ਜੀ ਵੈੜ, ਇਹ ਵੀ ਵੱਡੀ ਆ ਜੀ। ਆ ਦੇਖੋ ਸੂਆ ਦੂਜਾ ਤੇ ਰੰਗ ਵੈੜ ਦਾ ਬਹੁਤ ਸੋਹਣਾ। ਬਾਕੀ ਗਰਮੀਆਂ 'ਚ ਇਹ ਵੈੜਾਂ ਚੱਲਣੀਆਂ ਪੂਰੀਆਂ ਚੰਗੀਆਂ, ਸ਼ੌਕੀਨ ਵੈੜਾਂ ਜੀ, ਫਿਕਸ ਆਰਡਰ ਵਾਲੀ ਆ ਇਹ। ਢਿੱਲਾਂ ਢੁੱਲਾਂ ਇਹਦੇ ਕੋਲ ਵੀ ਕਾਫੀ ਨੇ। ਲੈ ਵੀਰੇ ਆ ਦੇਖੋ ਜੀ, ਦੇਖ ਸਕਦੇ ਹਾਂ ਵੈੜ ਚੰਗੀ ਹੈ ਵੀ, ਸੂਆ ਵੀ ਦੂਜਾ ਦੱਸਦਾ ਤੇ ਸੋਹਣੀ ਵੈੜ, ਇਕੱਲਾ ਇਕੱਲਾ ਥਾਣਾ ਜੀ ਵੈੜ ਕੋਲ ਇਹਦੇ ਕੋਲ ਵੀ, ਤੇ ਹਾਲੇ ਢਿੱਲਾਂ ਤੁਸੀਂ ਦੇਖ ਸਕਦੇ ਹਾਂ ਸਾਰੇ, ਠੀਕ ਆ। ਤੇ ਇਹਦਾ ਕੀ? ਅੱਛਾ ਮੂੰਹ ਛਿੱਗੀ ਹੈ। ਤੇ ਇਹਦਾ ਕੀ ਕਰਦਾ ਮੁੱਲ ਵੀਰੇ? ਇਹਦਾ ਮੁੱਲ 55,000। 55,000 ਰੁਪਈਆ, ਠੀਕ ਆ। 55 ਚੋਂ ਕਰੋਗੇ ਮਾਨ ਤਾਨ ਥੋੜਾ ਬਹੁਤ? ਮਾਨ ਤਾਨ ਕਰਾਂਗੇ, ਸਾਰੀਆਂ ਚ ਕਰਾਂਗੇ। ਤੇ ਦਿਨ ਕਿੰਨੇ ਲੈ ਜੂਗੀ ਇਹ ਸੂਣ ਚ? ਦਿਨੇ ਖੜਦੀ ਇਹ ਵੀ 8 ਕੁ ਲੈ ਜੂਗੀ। ਅੱਛਾ 8 ਕੁ ਦਿਨ ਲੈ ਜੂਗੀ, ਠੀਕ ਆ। 8 ਦਿਨਾਂ ਨੂੰ ਹੋਰ ਚੰਗੀ ਤਿਆਰ ਹੋ ਜੂਗੀ, ਢਿੱਲ ਢੁੱਲ ਕਾਫੀ ਹੈ ਜੀ। ਢਿੱਲ ਕਾਫੀ ਹੈ ਜੀ, ਥਣ ਵੀ ਚੰਗਾ ਲੱਗਾ ਇਹਨੂੰ ਵੈਰ ਨੂੰ, ਸੋਹਣੀ। ਆਹ ਨਗੀਨਾ ਹੈ ਕਿ ਲਾਸਟ ਤੇ ਤੁਹਾਨੂੰ ਜਿਹੜਾ ਦਿਖਾਉਣਾ ਜੀ ਦੇ ਸਕਦੇ, ਕ੍ਰੋਸ ਹੈ। ਅੱਛਾ ਕ੍ਰੋਸ ਸਾਈ ਵਾਲਾ ਜੀ ਇਹ, ਆ ਦੇਖੋ ਚੰਗੀ ਸੋਹਣੀ ਹੈ ਜੀ, ਥਾਣੇ ਦੇ ਦੇ ਸਕਦੇ ਆ, ਥਣ ਬਹੁਤ ਸੋਹਣਾ ਲੱਗਾ ਜੀ। ਇੱਧਰੋਂ ਵੀ ਦੇ ਸਕਦੇ ਥਣ ਚੰਗਾ ਜੀ। ਦੁੱਧ ਕਿੰਨਾ ਵੀਰੇ ਇਹਦੇ ਕੋਲ? ਦੁੱਧ ਵੀਰੇ ਇਹਦੇ ਕੋਲ ਪੱਕਾ ਜਿਹੜਾ ਵਾ 8 ਕਿਲੋ। ਅੱਛਾ ਤੋਕੜੇ ਆ ਇਹ? ਹਾਂਜੀ ਤੋਕੜੇ, ਠੀਕ ਆ। ਗਾਂ ਮਣੀ ਕਿ ਨਹੀਂ? ਨਹੀਂ ਅਜੇ ਨਹੀਂ ਟੀਕਾ ਲਗਾ। ਅੱਛਾ ਅਜੇ ਟੀਕਾ ਨਹੀਂ ਲੱਗਾ, ਠੀਕ ਆ। ਆਈ ਹੀਟ ਤੇ ਗਰਮੀ ਦਾ ਕਰਕੇ ਟੀਕਾ ਨਹੀਂ ਲਵਾਇਆ, ਠੀਕ ਆ।
सही है, सिंग भी आ गया निका निका जो है। ठीक है, ते रस्सी पौने नु चोन लगे कि हाँ जी रस्सी पा के रस्सी पा हाँ के वो तो चल। हेर दी नहीं है और ठीक इधर रस्सी पा के थोड़ी धारा मरा दो कोई चक्कर नहीं है। ठीक है ठीक है, हाँ जी सही है। ते सूआ ऐदा करवा वीर जी। सूआ दा पहला आते ही हो हाँ सकता दूजा पे मोह छिगी है जी अच्छा, मुंह छिगी है छिगी है ठीक जी। है, बाकी अपनी समझ ना हाँ लैनी जी किसी ने अपनी भी। समझ ठीक लो है, कोई वीर जी जिदा तुहानू तुहानू दस्या तुसीं दस देना दस उदा। दा आप ठीक है, इहनू खोलीए देखो जी, सोहणी बैड है भी, मुंह छिगी है, ते 8 किलो दुध दसदा वीर, ते इहदा मुल भी जायज़ जिहा ही करना वीर कहिंदा। ते वीडियो नाल जुड़े रहो एंड तक, ते मुल दा दसांगे। थाने दे विचारे कल्ले कल्ले लगे रहे। है तुकड़ा जी, 8 किलो दुध है इहदे कोल। लै वीर लै, साढ़े तो डरती है हाँ देखो जी, भगवाना भी सोहना वा इहदा, जिहड़े हिसाब नाल मुल आ उस हिसाब नाल हवाना उन्ना क सोहना वा, तो उन्ना की दुध वा। फोन जरूर कर लियो वीर। हाँ जी दसो फिर एदा की आ। नहीं ये ना तो ही दस दो किना कर दीजिए मैं नहीं दसना वीर, तेरी चीज आ तू दसना। ये दूध दे मोल लिया इधर 16,000 मोल है। 16,000, हाँ जी 8 किलो, बाकी चलो 8 किलो दुध ते 16,000 रुपया। हाँ जी हाँ जी वाह, 2,000 किलो दा ये है। 2 महीने चो गए फिर उन्ने दी चल जाती है। ठीक है हाँ ठीक है जी जी, ठीक है, बहुत सोहना। ये है कि रेट बहुत जायज कीता तुसीं, हाँ जी ते हाँ होर अगे फोन आए भी सानू हौले भाज भी चाहिए तां करके आपां नूं लियाउणी पई एक। ठीक है, हाँ जी हाँ जी डिमांड डिमांड करते डिमांड। हैं। हाँ ठीक है जी ठीक है, सारा रखना आगे चलो वधिया वधिया, चंगी गल। होर गलबात करनी कोई? ठीक है, बाकी कोई वीर आवे वीर नाल फोन ते गलबात करे, ते अपनी तसल्ली करके चेक करके, गबन डंगर भी चेक करके, जेड़ा सूया वा ताजा सूया जां कोई भी दुध चेक करके लैके जायो जी। वीडियो नू शेयर कर दियो, धन्यवाद जी।